ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਜਗਬਾਣੀ ਅਤੇ ਮੈਂ ਹਾਂ ਦਿਲਸ਼ੇਰ। ਡਿਜੀਟਲ ਪੇਮੈਂਟ ਦੇ ਇਸ ਦੌਰ ਦੇ ਵਿੱਚ ਅੱਜ ਕੱਲ੍ਹ ਹਰ ਕੋਈ ਆਪਣੇ ਮੋਬਾਈਲ ਤੋਂ ਆਸਾਨੀ ਦੇ ਨਾਲ ਕਿਸੇ ਨੂੰ ਵੀ ਕਦੇ ਵੀ ਅਤੇ ਕਿਤੇ ਵੀ ਪੇਮੈਂਟ ਭੇਜ ਸਕਦਾ। ਅਕਸਰ ਲੋਕ ਡਿਜੀਟਲ ਪੇਮੈਂਟ ਦਾ ਇਸਤੇਮਾਲ ਕਰਨ ਲਈ ਕਈ UPI IDs ਦਾ, ਜੇ ਕਹਿ ਸਕਦੇ ਹੋ ਗੂਗਲ ਪੇ, ਪੇਟੀਐਮ ਜਾਂ ਕਈ ਹੋਰ ਐਪਸ ਦੀ ਵਰਤੋਂ ਕਰਦੇ ਨੇ। ਪਰ ਇਹਨਾਂ ਐਪਸ ਦੀ ਵਰਤੋਂ ਕਰਨ ਲੱਗਿਆਂ ਤੁਹਾਡੇ ਕੋਲ ਵੀ ਕਈ ਵਾਰ ਨਾ ਤਾਂ ਗਲਤੀ ਤਾਂ ਹੋਈ ਹੋਵੇਗੀ, ਅਜਿਹੀ ਗਲਤੀ ਜਿਸ ਨਾਲ ਤੁਹਾਡੇ ਪੈਸੇ ਤਾਂ ਤੁਹਾਡੇ ਖਾਤੇ 'ਚੋਂ ਕੱਟੇ ਗਏ ਪਰ ਇੱਕ ਖਾਤੇ 'ਚ ਜਿਸਦੇ ਭੇਜਣੇ ਸੀ ਉੱਥੇ ਨਹੀਂ ਪਹੁੰਚੇ, ਸਗੋਂ ਕਿਸੇ ਹੋਰ ਦੇ ਖਾਤੇ ਵਿੱਚ ਚਲੇ ਗਏ ਨੇ। ਜੇਕਰ ਤੁਹਾਡੇ ਕੋਲ ਵੀ ਅਜਿਹੀ ਕਈ ਵਾਰ ਗਲਤੀ ਹੋਈ ਆ, ਤੁਹਾਡੇ ਪੈਸੇ ਨਹੀਂ ਮੁੜੇ, ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਜੇਕਰ ਤੁਹਾਡੇ ਪੈਸੇ ਗਲਤੀ ਨਾਲ ਕਿਸੇ ਦੇ ਖਾਤੇ 'ਚ ਟ੍ਰਾਂਸਫਰ ਹੋ ਗਏ ਨੇ, ਅੱਜ ਅਸੀਂ ਤੁਹਾਨੂੰ ਇਸਦਾ ਤੋੜ ਦੱਸਣ ਜਾ ਰਹੇ ਹਾਂ ਕਿਵੇਂ ਤੁਹਾਡੇ ਪੈਸੇ ਤੁਹਾਡੇ ਖਾਤੇ ਦੇ ਵਿੱਚ ਅਗਲੇ 24 ਘੰਟਿਆਂ ਦੇ ਦਰਮਿਆਨ ਵਾਪਸ ਆਉਣਗੇ। ਜੀ ਹਾਂ, ਤੁਹਾਡੇ ਖਾਤੇ 'ਚੋਂ ਕੱਟੇ ਗਏ ਤੁਹਾਡੇ ਆਪਣੀ ਖੂਨ ਪਸੀਨੇ ਦੀ ਕਮਾਈ 24 ਘੰਟਿਆਂ ਦੇ ਵਿੱਚ ਤੁਹਾਡੇ ਖਾਤੇ 'ਚ ਦੁਬਾਰਾ ਕੈਸ਼ਬੈਕ ਹੋ ਜਾਵੇਗੀ, ਯਾਨੀ ਕਿ ਤੁਹਾਡੇ ਖਾਤੇ 'ਚ ਪੈਸਾ ਵਾਪਸ ਆ ਜਾਵੇਗਾ। ਬਸ ਇਸ ਪੈਸੇ ਨੂੰ ਵਾਪਸ ਮੰਗਾਉਣ ਦੇ ਲਈ ਤੁਹਾਨੂੰ ਕਰਨਾ ਪਵੇਗਾ ਇੱਕ ਛੋਟਾ ਜਿਹਾ ਅਤੇ ਆਸਾਨ ਜਿਹਾ ਕੰਮ। ਤਾਂ ਤੁਹਾਨੂੰ ਨਿਗਾਹ ਮਾਰ ਲੈਂਦੇ ਹਾਂ ਕਰਨਾ ਕੀ ਹੈ। ਸਭ ਤੋਂ ਪਹਿਲਾਂ ਅਸੀਂ ਕੰਪਿਊਟਰ 'ਤੇ ਜਾਂ ਮੋਬਾਈਲ ਦੇ ਉੱਤੇ ਤੁਸੀਂ ਗੂਗਲ ਸਰਚ ਕਰ ਸਕਦੇ ਹੋ ਅਤੇ ਗੂਗਲ ਦੇ ਉੱਤੇ ਤੁਸੀਂ ਸਰਚ ਕਰੋਗੇ NPCI। ਜੀ ਹਾਂ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੀ ਇਹ ਸਾਈਟ ਹੈ, ਯਾਨੀ ਕਿ ਨੈਸ਼ਨਲ ਪੇਮੈਂਟ ਆਫ ਇੰਡੀਆ ਕਾਰਪੋਰੇਸ਼ਨ ਆਫ ਇੰਡੀਆ ਦੀ ਵੈਬਸਾਈਟ ਹੈ, ਜੋ UPI ਪੇਮੈਂਟਸ ਨਾਲ ਇਸ ਤਰ੍ਹਾਂ ਕਹਿ ਸਕਦੇ ਹੋ ਵਰਤੋਂ ਲਈ ਇਸ ਤਰ੍ਹਾਂ ਦੱਸੀ ਜਾਂਦੀ ਹੈ। ਅਤੇ ਇਸ ਪੇਮੈਂਟ ਦੀ ਸਾਈਟ ਤੁਸੀਂ ਵੇਖ ਸਕਦੇ ਹੋ, ਪਹਿਲੀ ਸਾਈਟ ਹੈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੀ ਵੈਬਸਾਈਟ, ਇੱਥੇ ਖੁੱਲ੍ਹ ਗਈ ਹੈ NPCI ਕਿਹਾ ਜਾਂਦਾ ਇਸ ਨੂੰ। ਇਸ ਦੇ ਉੱਤੇ ਕਲਿੱਕ ਕਰਾਂਗੇ, ਇਸ ਦੇ ਕਲਿੱਕ ਕਰਦੇ ਸਾਰ ਤੁਸੀਂ ਵੇਖ ਸਕਦੇ ਹੋ ਸਾਨੂੰ ਇਹ ਵੈਬਸਾਈਟ ਹੈ ਜੋ ਇਸ ਕੰਪਿਊਟਰ 'ਤੇ ਖੁੱਲ੍ਹੀ ਨਜ਼ਰ ਆ ਰਹੀ ਹੈ, ਇਹ ਵੈਬਸਾਈਟ ਨਜ਼ਰ ਆਉਂਦੀ ਹੈ। ਇਸ ਵੈਬਸਾਈਟ 'ਤੇ ਨਜ਼ਰ ਆਉਂਦੇ ਸਾਰ ਸਾਨੂੰ ਇੱਕ ਪੂਰੇ ਦਾ ਪੂਰਾ ਇੱਥੇ ਕਹਿ ਸਕਦੇ ਹੋ ਵੈਬਸਾਈਟ ਦਾ ਜੋ ਪੂਰਾ ਜਾਣਕਾਰੀ ਆ ਜਾਂਦੀ ਹੈ, UPI ਪੇਮੈਂਟਸ ਦੀ ਲਾਈਵ ਜਾਣਕਾਰੀ ਹੈ, ਸਾਰੇ ਹਰ ਤਰ੍ਹਾਂ ਦੇ ਮੈਂਬਰ ਬੈਂਕਸ ਦੀ ਜਾਣਕਾਰੀ ਕਿ 856 ਮੈਂਬਰ ਬੈਂਕਸ ਨੇ ਇਹਨਾਂ ਦੇ ਨਾਲ, ਇੰਨੇ ਨਹੀਂ ਪੂਰੇ ਦੇ ਪੂਰੇ ਕ੍ਰੈਡਿਟਸ ਪੇਮੈਂਟਸ ਇੱਥੇ ਹੋ ਰਹੀਆਂ ਨੇ, FC ਹੋ ਰਹੀਆਂ, ਰੁਪੇਜ਼ ਨਾਲ ਹੋ ਰਹੀ ਹੈ, ਹਰ ਤਰ੍ਹਾਂ ਦੀ ਜਾਣਕਾਰੀ ਇੱਥੇ ਦਿੱਤੀ ਗਈ ਹੈ। ਪਰ ਤੁਹਾਡੇ ਕੰਮ ਦੀ ਜਾਣਕਾਰੀ ਕਿੱਥੇ ਹੈ? ਤੁਸੀਂ ਇਸ ਵੈਬਸਾਈਟ 'ਤੇ ਪਹੁੰਚ ਤਾਂ ਗਏ ਹੋ ਪਰ ਅੱਗੇ ਕਰਨਾ ਕੀ ਹੈ? ਤੁਹਾਨੂੰ ਦੱਸਦੇ ਹਾਂ ਕਿ ਸਭ ਤੋਂ ਪਹਿਲਾਂ ਇਹ ਪ੍ਰੋਡਕਟ ਲਿਖਿਆ, ਇਸ ਜਗ੍ਹਾ 'ਤੇ ਪ੍ਰੋਡਕਟ ਲਿਖਿਆ, ਇਸ ਤੋਂ ਬਾਅਦ ਅਗਲਾ ਕਾਲਮ ਕੰਜ਼ਿਊਮਰ ਦਾ, ਤੁਸੀਂ ਕੰਜ਼ਿਊਮਰ ਦੇ ਉੱਤੇ ਕਲਿੱਕ ਕਰ ਲੈਣਾ। ਤੁਸੀਂ ਕੰਜ਼ਿਊਮਰ 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਕੁਝ ਇਸ ਤਰ੍ਹਾਂ ਦੀ ਵੈਬਸਾਈਟ ਦਿਖਣੀ ਸ਼ੁਰੂ ਹੋ ਜਾਏਗੀ। ਇੱਥੇ ਤੁਸੀਂ UPI ਕੰਪਲੇਂਟ ਲਿਖਿਆ, ਅਦਰ ਪ੍ਰੋਡਕਟ ਕੰਪਲੇਂਟ ਲਿਖਿਆ, ATM ਲੋਕੇਟਰ ਲਿਖਿਆ, ਪਰ ਤੁਹਾਡੇ ਕੰਮ ਦਾ ਇੱਥੇ UPI ਕੰਪਲੇਂਟ ਹੈ। ਜੀ ਹਾਂ, ਤੁਹਾਡੇ ਖਾਤੇ 'ਚੋਂ ਗਲਤ ਪੇਮੈਂਟ ਹੋਈ, ਯਾਨੀ ਕਿ UPI ਦਾ ਗਲਤ ਇਸਤੇਮਾਲ ਹੋਇਆ, ਇਸ ਲਈ ਅਸੀਂ UPI ਕੰਪਲੇਂਟ ਦੇ ਉੱਤੇ ਕਲਿੱਕ ਕਰਾਂਗੇ। UPI ਕੰਪਲੇਂਟ 'ਤੇ ਕਲਿੱਕ ਕਰਦੇ ਸਾਰ ਅਗਲੀ ਵਿੰਡੋ ਖੁੱਲ੍ਹ ਜਾਂਦੀ ਹੈ, ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ UPI ਡਿਸਪਿਊਟ ਰੈਡਿਸਲ ਮੈਕਨਿਜ਼ਮ ਲਿਖਿਆ ਹੋਇਆ। ਜੀ ਹਾਂ, ਇਸੇ ਪੂਰੀ ਤਰ੍ਹਾਂ ਵੈਬਸਾਈਟ ਜਦੋਂ ਤੁਸੀਂ ਸਕਰੋਲ ਡਾਊਨ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਕੰਪਲੇਂਟ ਦੀ ਟਾਈਪ ਆ ਜਾਂਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਕੰਪਲੀਟ ਕਰਨੀ ਚਾਹੁੰਦੇ ਹੋ। ਤੁਸੀਂ ਇੱਥੇ ਟ੍ਰਾਂਜੈਕਸ਼ਨ ਰਿਲੇਟਡ ਕੰਪਲੇਂਟ ਹੈ, ਪਿਨ ਰਿਲੇਟਡ ਹੈ, ਅਕਾਊਂਟ ਰਿਲੇਟਡ ਹੈ, ਰਜਿਸਟ੍ਰੇਸ਼ਨ ਰਿਲੇਟਡ ਹੈ, SMS ਨਹੀਂ ਆ ਰਿਹਾ, ਲੌਗਇਨ ਨਹੀਂ ਹੋ ਪਾ ਰਿਹਾ ਜਾਂ ਅਦਰ ਕਿਸੇ ਵੀ ਹੋਰ ਤਰ੍ਹਾਂ ਦੀ ਕੰਪਲੇਂਟ ਹੈ, ਤਾਂ ਤੁਸੀਂ ਇੱਥੇ ਸਭ ਤੋਂ ਪਹਿਲਾਂ ਗੱਲ ਆਪਾਂ ਕਰਦੇ ਹਾਂ ਕਿ ਕਿਸੇ ਨੂੰ ਪੇਮੈਂਟ ਗਲਤ ਤਰੀਕੇ ਨਾਲ ਚੱਲ ਗਈ ਹੈ ਤਾਂ ਕੀ ਕੀਤਾ ਜਾ ਸਕਦਾ। ਤਾਂ ਸਭ ਤੋਂ ਪਹਿਲਾਂ ਇੱਥੇ ਟ੍ਰਾਂਜੈਕਸ਼ਨ ਦੀ ਗੱਲ ਕਰਾਂਗੇ, ਇੱਥੇ ਕਲਿੱਕ ਕਰ ਲੈਂਦੇ ਹਾਂ, ਇਹ ਪਲੱਸ ਦਾ ਨਿਸ਼ਾਨ ਨੂੰ ਜਦੋਂ ਇੱਥੇ ਕਲਿੱਕ ਕਰਾਂਗੇ ਤਾਂ ਅੱਗੇ ਪੂਰੇ ਪੂਰਾ ਜਾਣਕਾਰੀ ਖੁੱਲ੍ਹ ਜਾਂਦੀ ਹੈ। ਬਸ ਤੁਸੀਂ ਇੱਥੇ ਕਰਨਾ ਕੁਛ ਨਹੀਂ, ਪਹਿਲਾਂ ਸਿਲੈਕਟ ਆਫ ਨੇਚਰ ਟ੍ਰਾਂਜੈਕਸ਼ਨ, ਯਾਨੀ ਕਿ ਕਿਸ ਤਰੀਕੇ ਨਾਲ ਤੁਸੀਂ ਟ੍ਰਾਂਜੈਕਸ਼ਨ ਕੀਤੀ ਹੈ, ਪਰਸਨ ਟੂ ਪਰਸਨ ਕੀਤੀ ਹੈ, ਤੁਸੀਂ ਇੱਕ ਬੰਦੇ ਨੂੰ ਦੂਜੇ ਤੁਸੀਂ ਆਪ ਭੇਜੀ ਹੈ ਕਿਸੇ ਹੋਰ ਬੰਦੇ ਕੋਲ ਜਾਣੀ ਸੀ ਤਾਂ ਇੱਥੇ ਪਰਸਨ ਟੂ ਪਰਸਨ ਆਏਗਾ। ਜੇਕਰ ਤੁਸੀਂ ਕਿਸੇ ਕੰਪਨੀ ਨੂੰ ਭੇਜਣ ਲੱਗੇ ਸੀ ਜਾਂ ਅਜਿਹੇ ਵਿਅਕਤੀ ਨੂੰ ਭੇਜਣ ਲੱਗੇ ਸੀ ਜਿਸ ਦਾ ਮਰਚੈਂਟ ਅਕਾਊਂਟ ਯਾਨੀ ਕਿ ਬਿਜ਼ਨਸ ਅਕਾਊਂਟ ਹੈ, ਤਾਂ ਥੱਲੇ ਪਰਸਨ ਟੂ ਮਰਚੈਂਟ ਆ ਜਾਏਗੀ, ਅਸੀਂ ਇੱਥੇ ਕਲਿੱਕ ਕਰ ਲੈਂਦੇ ਹਾਂ ਪਰਸਨ ਟੂ ਪਰਸਨ ਦੇ ਉੱਤੇ। ਇਸ ਤੋਂ ਬਾਅਦ ਸਿਲੈਕਟ ਇਸ਼ੂ ਟਾਈਪ, ਯਾਨੀ ਕਿ ਤੁਹਾਡੀ ਪੇਮੈਂਟ ਨੂੰ ਲੈ ਕੇ ਰੌਲਾ ਕੀ ਹੈ, ਤਾਂ ਇੱਥੇ ਸਭ ਤੋਂ ਪਹਿਲਾਂ ਆਉਂਦਾ ਅਮਾਊਂਟ ਡੈਬਿਟਡ ਬਟ ਨੋਟ ਕ੍ਰੈਡਿਟ ਇਨ ਦਾ ਬੈਨੀਫਿਸ਼ਰੀ ਅਕਾਊਂਟ, ਯਾਨੀ ਕਿ ਸਾਡੇ ਖਾਤੇ 'ਚੋਂ ਪੇਮੈਂਟ ਕੱਟੀ ਗਈ ਪਰ ਅਗਲੇ ਦੇ ਖਾਤੇ ਨਹੀਂ ਪਹੁੰਚੀ। ਪਰ ਆਪਾਂ ਗੱਲ ਕਰ ਰਹੇ ਹਾਂ ਇੱਥੇ ਕਿ ਅਸੀਂ ਪੇਮੈਂਟ ਕੀਤੀ ਹੈ ਪਰ ਅਗਲੇ ਦੇ ਖਾਤੇ 'ਚ ਗਲਤ ਖਾਤੇ ਚੱਲ ਗਈ, ਯਾਨੀ ਕਿ ਕਿਸੇ ਹੋਰ ਦੇ ਖਾਤੇ ਚੱਲ ਗਈ ਹੈ, ਅਸੀਂ ਕਿਸੇ ਨੂੰ ਭੇਜਣਾ ਨਹੀਂ ਚਾਹੁੰਦੇ ਸੀ, ਤਾਂ ਤੀਸਰੇ ਨੰਬਰ ਵਾਲੀ ਇੱਥੇ ਹੈ, ਇਨਕਰੈਕਟਲੀ ਟ੍ਰਾਂਸਫਰ ਟੂ ਅਨਦਰ ਅਕਾਊਂਟ। ਜੀ ਹਾਂ, ਗਲਤੀ ਦੇ ਨਾਲ ਕਿਸੇ ਹੋਰ ਦੇ ਖਾਤੇ 'ਚ ਪੈਸੇ ਪੈ ਗਏ, ਤਾਂ ਇੱਥੇ ਤੁਸੀਂ ਕਲਿੱਕ ਕਰ ਸਕਦੇ ਹੋ। ਇਸ ਤੋਂ ਬਾਅਦ ਕਮੈਂਟ ਕਰ ਸਕਦੇ ਹੋ, ਯਾਨੀ ਕਿ ਤੁਸੀਂ ਆਪਣੀ ਜਾਣਕਾਰੀ ਦੇ ਸਕਦੇ ਹੋ, ਥੋੜ੍ਹੇ ਬਹੁਤੇ 500 ਅੱਖਰਾਂ ਦੇ ਵਿੱਚ ਤੁਹਾਨੂੰ ਲਿਖਣਾ ਪਏਗਾ, ਜੇ ਨਹੀਂ ਵੀ ਲਿਖਣਾ ਤਾਂ ਐਡੀ ਕੋਈ
ਵੱਡੀ ਗੱਲ ਨਹੀਂ ਹੈਗੀ, ਤੁਸੀਂ ਇੱਥੇ ਕੋਈ ਵੀ ਜਾਣਕਾਰੀ ਹਲਕੀ ਜਿਹੀ ਇੱਕ ਪੁਆਇੰਟ ਵੀ ਲਿਖ ਸਕਦੇ ਹੋ ਕਿ ਮੇਰੇ ਕੋਲ ਗਲਤੀ ਨਾਲ ਉੱਧਰ ਟ੍ਰਾਂਸਫਰ ਹੋ ਗਏ ਨੇ। ਇਸ ਤੋਂ ਬਾਅਦ ਟ੍ਰਾਂਜੈਕਸ਼ਨ ਆਈ ਡੀ, ਜੀ ਹਾਂ ਇਹ ਬਹੁਤ ਜ਼ਰੂਰੀ ਹੈ। ਟ੍ਰਾਂਜੈਕਸ਼ਨ ਆਈ ਡੀ ਜਦੋਂ ਵੀ ਤੁਸੀਂ ਕਿਸੇ ਨੂੰ UPI ਪੇਮੈਂਟ ਕਰਦੇ ਹੋ, UPI ਪੇਮੈਂਟ ਕਰਨ ਦੇ ਵੇਲੇ ਜਦੋਂ ਤੁਹਾਨੂੰ ਪੇਮੈਂਟ ਟ੍ਰਾਂਸਫਰ ਹੋ ਜਾਂਦੀ ਹੈ ਤਾਂ ਤੁਸੀਂ ਵੇਖਦੇ ਹੋ ਕਿ UPI ਪੇਮੈਂਟ ਜੋ ਹੋਈ ਹੈ ਉੱਥੇ ਇੱਕ ਟ੍ਰਾਂਜੈਕਸ਼ਨ ਆਈ ਡੀ ਆਉਂਦੀ ਹੈ। ਫਿਲਹਾਲ ਉਸ ਤੁਸੀਂ ਉਹਨੂੰ ਮੈਂ ਕੈਮਰੇ 'ਤੇ ਦਿਖਾ ਦਿੰਦਾ, ਇਹ UPI ਟ੍ਰਾਂਜੈਕਸ਼ਨ ਆਈ ਡੀ ਹੈ। ਇੱਥੇ ਇਸ UPI ਟ੍ਰਾਂਜੈਕਸ਼ਨ ਆਈ ਡੀ ਦੇ ਵਿੱਚ ਨਾਮ ਨੰਬਰ ਦਿੱਤਾ ਹੋਇਆ, ਇਹ ਨੰਬਰ ਤੁਸੀਂ ਉੱਥੇ ਭਰਨਾ। ਇਸ UPI ਟ੍ਰਾਂਜੈਕਸ਼ਨ ਆਈ ਡੀ ਨੂੰ ਉੱਥੇ ਨੰਬਰ ਭਰਿਆ ਜਾਣਾ। ਨੰਬਰ ਭਰਨ ਤੋਂ ਬਾਅਦ ਬੈਂਕ ਦਾ ਨਾਮ ਆਏਗਾ ਜਿਹੜੇ ਬੈਂਕ 'ਚੋਂ ਤੁਸੀਂ ਖਾਤੇ 'ਚੋਂ ਪੈਸੇ ਭੇਜੇ ਆ। ਜੀ ਹਾਂ, ਜਿਹੜੇ ਬੈਂਕ ਤੋਂ ਭੇਜੇ ਨੇ ਤਾਂ ਉਸ ਬੈਂਕ ਦਾ ਨਾਮ ਇੱਥੇ ਭਰਿਆ ਜਾ ਸਕਦਾ ਕਿ ਇਸ ਬੈਂਕ 'ਚ ਮੇਰਾ ਖਾਤਾ ਅਤੇ ਇੱਥੋਂ ਪੈਸੇ ਕੱਟ ਹੋ ਗਏ ਨੇ। ਠੀਕ ਹੈ ਜੀ, ਉਹ ਤੋਂ ਬਾਅਦ ਜੀ ਆਪਣੀ UPI ID, ਯਾਨੀ ਕਿ ਜਿਹੜੀ ID ਤੋਂ ਤੁਸੀਂ ਪੇਮੈਂਟ ਭੇਜੀ ਹੈ, ਤੁਹਾਡੇ ਗੂਗਲ ਪੇ ਦਾ ਜੋ UPI ID ਹੈ ਜਾਂ Paytm ਦੀ ਜਿਹੜੀ UPI ID ਬਣੀ ਹੈ, ਉਹਨੂੰ ਇੱਥੇ ਭਰਿਆ ਜਾ ਸਕਦਾ। ਫਿਰ ਉਹ ਅਮਾਊਂਟ ਜਿੰਨੇ ਪੈਸੇ ਗਲਤੀ ਨਾਲ ਤੁਸੀਂ ਕਿਸੇ ਨੂੰ ਟ੍ਰਾਂਸਫਰ ਕਰ ਦਿੱਤੇ ਨੇ ਉਹ ਇੱਥੇ ਲਿਖੇ ਜਾ ਸਕਦੇ ਨੇ ਰੁਪਈਏ। ਤੁਸੀਂ ਇੱਥੇ ਪੂਰੀ ਅਮਾਊਂਟ ਲਿਖ ਸਕਦੇ ਹੋ, ਜਿੱਦਾਂ ਇੱਥੇ ਮੈਂ ਲਿਖ ਦਿੰਦਾ 1000 ਰੁਪਏ ਦੀ ਲਿਖ ਦਿੰਦੇ ਅਤੇ 1000 ਰੁਪਏ ਇੱਥੇ ਲਿਖਿਆ, ਇੱਦਾਂ ਲਿਖਿਆ ਜਾਏਗਾ। ਜੇ 1000 ਪੈਸੇ ਨੇ ਤਾਂ ਪਿੱਛੇ ਇੱਦਾਂ ਵੀ ਤੁਸੀਂ ਲਿਖ ਸਕਦੇ ਹੋ। ਪੂਰੀ ਰਕਮ ਦਾ ਇੱਥੇ ਵੇਰਵਾ ਦਿੱਤਾ ਜਾ ਸਕਦਾ, ਪੂਰੀ ਪੂਰੀ ਰਕਮ ਦਾ ਹੀ ਤੁਹਾਨੂੰ ਵੇਰਵਾ ਦੇਣਾ ਪਏਗਾ ਜਿੰਨੀ ਰਕਮ ਤੁਸੀਂ ਟ੍ਰਾਂਸਫਰ ਕੀਤੀ ਹੈ। ਫਿਰ ਇੱਥੇ ਡੇਟ ਆਵੇਗੀ ਟ੍ਰਾਂਜੈਕਸ਼ਨ ਦੀ, ਯਾਨੀ ਕਿ ਤੁਸੀਂ ਕਿਸ ਦਿਨ ਕੀਤੀ ਹੈ। ਜੇ ਮੰਨ ਲਓ ਮੈਂ 18 ਤਰੀਕ ਇੱਥੇ ਗੱਲ ਕਰ ਲਿਆ, 18 ਤਰੀਕ ਹੈ, ਅਸੀਂ ਤਾਂ 18 ਮਾਰਚ 2024 ਸਿਲੈਕਟ ਕਰ ਲਈਏ, ਤਾਂ ਇਸ ਤਰੀਕੇ ਦੇ ਨਾਲ ਕੁਛ ਆ ਜਾਏਗਾ। ਇਸ ਤੋਂ ਬਾਅਦ ਤੁਹਾਨੂੰ ਆਪਣੀ ਈਮੇਲ ID ਭਰਨੀ ਪਏਗੀ, ਜਿਹੜੀ ਈਮੇਲ ID ਤੁਹਾਡੇ UPI ਅਕਾਊਂਟ ਦੇ ਨਾਲ ਅਟੈਚ ਹੈ, ਤੁਸੀਂ ਇੱਥੇ ਉਹ ਈਮੇਲ ID ਭਰੋਗੇ ਆਪਣੀ। ਇਸ ਤੋਂ ਬਾਅਦ ਰਜਿਸਟਰ ਮੋਬਾਈਲ ਨੰਬਰ, ਜਿਸ ਮੋਬਾਈਲ ਨੰਬਰ ਦੇ ਨਾਲ ਤੁਸੀਂ ਆਪਣੀ UPI ID ਚਲਾ ਰਹੇ ਹੋ ਉਹ ਮੋਬਾਈਲ ਨੰਬਰ ਇੱਥੇ ਭਰਿਆ ਜਾਏਗਾ। ਇਹਨਾਂ ਨਹੀਂ, ਇਸ ਦੇ ਨਾਲ ਤੁਹਾਨੂੰ ਇੱਕ ਹੋਰ ਖਾਸ ਜਾਣਕਾਰੀ ਕਹਿ ਸਕਦੇ ਹਾਂ ਕਿ ਤੁਹਾਨੂੰ ਇਹਨਾਂ ਭਰਨੀ ਪਏਗੀ, ਉਹ ਜਾਣਕਾਰੀ ਹੈ ਕਿ ਤੁਹਾਡੇ ਜਿਹੜੇ ਬੈਂਕ ਅਕਾਊਂਟ ਦੇ ਵਿੱਚੋਂ ਜਿੱਥੋਂ ਪੈਸੇ ਕੱਟ ਹੋਏ ਨੇ ਉੱਥੋਂ ਤੁਹਾਨੂੰ ਆਪਣੇ ਖਾਤੇ ਦੀ ਸਟੇਟਮੈਂਟ ਲੈਣੀ ਪਏਗੀ ਅਤੇ ਉਹ ਸਟੇਟਮੈਂਟ ਇੱਥੇ ਨਾਲ ਅਟੈਚ ਹੋਏਗੀ। ਅਟੈਚ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਸਬਮਿਟ ਕਰ ਦੋਗੇ। ਜਦੋਂ ਇਸ ਨੂੰ ਸਬਮਿਟ ਕਰੋਗੇ ਤਾਂ ਇਸ ਤੋਂ ਬਾਅਦ 24 ਘੰਟਿਆਂ ਦਾ ਪ੍ਰੋਸੈਸ ਹੈ। ਇੱਥੇ ਸਬਮਿਟ ਕਰਨ ਤੋਂ ਬਾਅਦ ਅਗਲੇ 24 ਘੰਟਿਆਂ ਦੇ ਵਿੱਚ ਤੁਹਾਡੇ ਕੋਲ ਜੋ UPI ਦਾ ਕਹਿ ਸਕਦੇ ਹੋ ਕਿ ਰਿਵਰਟ ਆ ਜਾਏਗਾ, ਰਿਵਰਸ ਮੈਸੇਜ ਆ ਜਾਏਗਾ, ਉਹ ਦੱਸ ਦੇਣਗੇ ਕਿ ਤੁਹਾਡੇ ਪੈਸੇ ਤੁਹਾਡੇ ਖਾਤੇ ਚਲੇ ਗਏ ਨੇ, ਯਾਨੀ ਕਿ 24 ਘੰਟਿਆਂ ਬਾਅਦ ਤੁਹਾਨੂੰ ਤੁਹਾਡੇ ਪੈਸੇ ਵਾਪਸ ਹੋ ਜਾਣਗੇ। ਹੈ ਨਾ ਇਹ ਕਮਾਲ ਦੀ ਗੱਲ, ਜੇ ਕਹਿ ਸਕਦੇ ਤੁਹਾਡੇ ਕੰਮ ਦੀ ਗੱਲ। ਤਾਂ ਫਿਰ ਇਸ ਖਬਰ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਰਹੋ, ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਜ਼ਰੂਰ ਕਰਦੇ ਰਹੋ, ਇੱਦਾਂ ਦੀ ਹੋਰ ਜਾਣਕਾਰੀ ਲੈ ਕੇ ਤੁਹਾਡੇ ਕੋਲ ਪਹੁੰਚਦੇ ਰਹਾਂਗੇ। ਫਿਲਹਾਲ ਇਸ ਨਾਲ ਮੈਨੂੰ ਦਿਓ ਇਜਾਜ਼ਤ, ਹੋਰ ਅਪਡੇਟਸ ਲਈ ਵੇਖਦੇ ਰਹੋ ਜਗਬਾਣੀ TV।